ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਦਿਓ ਤਾਂ ਕਿ ਸਾਡੀ ਵੀਡੀਓ ਨੂੰ ਪਹਿਲਾਂ ਤੁਹਾਨੂੰ ਮਿਲ ਸਕੇ। ਸ਼ੁਰੂ ਹੋ ਚੁੱਕਿਆ ਹੈ। ਇੱਕ ਪਾਸੇ ਸਮਾਧ ਭਾਈ ਤੇ ਕੋਟ ਸੁਖੀ ਦੀਆਂ ਟੀਮਾਂ ਦਰਮਿਆਨ ਜਿਹੜਾ ਮੈਚ ਇਸ ਸਮੇਂ ਸਟਾਰਟ ਹੋ ਚੁੱਕਿਆ ਹੈ। ਤਾਂ ਬੋਲਾਂ ਬਣੀ ਖੜੀ ਹੈ ਰਾਸਤੇ ਦੇ ਵਿੱਚ ਸ਼ਾਟ ਦਾ ਵੀ ਉਹ ਸਾਈਡ ਤੇ ਕਰ ਲਓ। ਹਾਂਜੀ ਸੁਰਿੰਦਰ ਜੀ ਨਾਲ ਇੱਧਰ ਲੱਗਦਾ ਹੋਇਆ ਜਫਾ ਤੇ ਹਰਮਨ ਘੋਲੀਏ ਵਾਲੇ ਪੁਆਇੰਟ ਆਪਣੀ ਟੀਮ ਦੇ ਇਸੇ ਵਿੱਚ ਜ਼ੋਰ ਦਿੱਤਾ ਹੈ। ਆ ਗਿਆ ਕਹਿੰਦੇ ਗੋਰਾ ਕਹਿੰਦੇ ਭੈਣੀ ਬਾਗੇ ਵਾਲਾ ਇਸ ਸਮੇਂ ਕਬੱਡੀ ਪਾਉਣ ਦੇ ਵਾਧਾ ਹੋਇਆ। ਭੈਣੀ ਬਾਹੀਆ ਪਿੰਡ ਹੈ ਮਹਿਰਾਜ ਦੇ ਲਾਗੇ ਕਰਕੇ ਵਸਿਆ ਹੋਇਆ। ਵੇਖੋ ਸਾਹਮਣੇ ਗੋਰਾ ਕਬੱਡੀ ਪਾਉਣ ਦੇ ਵਾਧਾ ਹੋਇਆ। ਚਾਰ ਜਾਫੀ ਹੈ ਨਿੰਮੇ ਨੇ ਕਹਿੰਦੇ ਸਾਹਮਣੇਵਾਲ ਦੇ ਕਬੱਡੀ ਕੱਪ ਤੇ ਨੀਲਾ ਫੋੜ ਜਿੱਤਿਆ। ਇੱਕ ਪਾਸੇ ਕੋਟ ਸੁਖੀਆ ਦੀ ਟੀਮ ਹੈ ਤਾਂ ਸਾਹਮਣੇ ਪਾਈ ਹੋਈ ਕਬੱਡੀ ਹੈ। ਚਾਰ ਜਾਫੀ ਹੋਏ ਤਿਆਰ ਨੇ ਤੇ ਚਾਰਾਂ ਦੇ ਵਿੱਚੋਂ ਲੱਖੋ ਨੌਜਵਾਨ ਗੁੱਟ ਫੜਿਆ। ਇਹਦਾ ਪਿੰਡ ਕਹਿੰਦੇ ਟੱਕੋਰ ਮਾਣਾ। ਇਹ ਹੈ ਸੇਵਕ ਟੱਕੋਰ ਮਾਣੇ ਦੀ ਧਰਤੀ ਦਾ ਇਸ ਸਮੇਂ ਕਰਦਾ ਹੋਇਆ ਟਰਾਈ ਤੇ ਲੱਗਦਾ ਹੋਇਆ ਯੋਰ ਇਸ ਸਮੇਂ ਦੇਖੋ ਜੱਫੇ ਲਾਉਣ ਦੇ ਸਮਾਧ ਵਾਲੇ 200 ਰੁਪਇਆ ਦਿੱਤਾ ਜਾਣਾ ਪਹਿਲੇ ਸਮਾਧ ਵਾਲੇ ਦੇ ਲਈ। ਲਓ ਸਾਹਮਣੇ ਪਾਈ ਹੋਈ ਰੇੜ ਇਹ ਆ ਬਰਾੜ ਕੋਟ ਸੁਖੀਏ ਵਾਲਾ। ਕੋਟ ਸੁਖੀਏ ਦੇ ਬਰਾੜ ਦੀ ਰੇੜ ਹੈ। ਗੱਲਾਂ ਚੱਲੀਆਂ ਬਾਜੇ ਖਾਨਾ ਦੇ ਹਰਜੀਤ ਬਰਾੜ ਦੀਆਂ। ਇੱਕ ਪਾਸੇ ਪਿੰਡਾਂ ਵਾਲੀ ਆ ਨਾਲ ਕਹਿੰਦੇ ਨਾਜਨ ਗਬਰੂ ਪਾਲਾ। ਲਓ ਸਾਹਮਣੇ ਜੱਗੀ ਨਾਲ ਮੁਕਾਬਲਾ ਇੱਕ ਲੋਪੋ ਵਾਲਾ ਮਸ਼ਹੂਰ ਹੈ ਪਰ ਹੰਡਾਂ ਦੇ ਦਰਮਿਆਨ ਟੱਕਰ ਅੰਕ ਬਰਾੜ ਕੋਟ ਸੁਖੀ ਵਾਲੇ ਨੇ ਜੋੜ ਦਿੱਤਾ ਹੈ। ਲਓ ਇਧਰ ਪੁਆਇੰਟ ਦੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਹੈ। ਅਗਲੀ ਰੇਡ ਕਹਿੰਦੇ ਕਾਕਾ ਸਮਾਧ ਭਾਈ ਵਾਲਾ ਪਾਉਣ ਦੇ ਲਈ ਵਧਿਆ ਹੋਇਆ। ਚਾਰ ਜਾਫੀ ਹੁਣ ਦੇ ਵਿੱਚੋਂ ਕੋਟ ਸੁਖੀ ਵਾਲਾ ਕਿਹੜਾ ਗੱਭਰੂ ਲਾ ਜਾਫਾ ਦੇ ਪੁਆਇੰਟ ਆਪਣੀ ਟੀਮ ਲਈ ਜੋੜੇਗਾ। ਇੱਧਰ ਪਾਈ ਹੋਈ ਕਬੱਡੀ ਚਾਰ ਜਾਫੀ ਹੁਣ ਤਿਆਰ ਨੇ ਕੋਟ ਸੁਖੀਏ ਦੀ ਧਰਤੀ ਦੇ ਤੇ ਦੂਜੇ ਪਾਸੇ ਵੇਖੋ ਸਾਹਮਣੇ ਕੀਤਾ ਟੱਚ ਤੇ ਪੁਆਇੰਟ ਇਸ ਸਮੇਂ ਸਮਾਧ ਭਾਈ ਦੀ ਟੀਮ ਦੇ ਹਿੱਸੇ ਹੋਇਆ। ਅਗਲੇ ਮੈਚਾਂ ਲਈ ਮੌੜ ਨਾਤਾ ਤੇ ਜਰਗੜੀ ਇਹ ਟੀਮਾਂ ਜਲਦੀ ਆ ਜਾਓ ਤਾਂ ਸਾਡਾ ਵੀਰ ਸ਼ਰਨੀ ਸ਼ੇਰਿਆਲ ਉਹ ਵੀ ਜੁੜਿਆ ਹੋਇਆ ਅੱਜ ਦਾ ਖੇਡ ਦੇ ਨਾਲ ਲਾਈਵ ਤੱਕ ਰਹੇ ਹੈ। ਲਓ ਪਾਈ ਹੋਈ ਰੇਡ ਤੇ ਗਬਰੂ ਸਮਾਧ ਭਾਈ ਵਾਲਾ ਹੱਥਾਂ ਦੇ ਦਰਮਿਆਨ ਟੱਕਰ ਹੈ ਅੰਕ ਜਿਹੜਾ ਕੋਟ ਸੁਖੀ ਵਾਲੇ ਨੇ ਜੋੜ ਦਿੱਤਾ ਹੈ। ਆ ਗਿਆ ਕਹਿੰਦੇ ਕਾਕਾ ਸਮਾਧ ਭਾਈ ਵਾਲਾ ਦੋ ਵੀਰ ਖੇਡ ਖੇਡਦੇ ਆ ਪਾਲਾ ਸੱਟ ਦੇ ਵਿੱਚ ਖੜਾ ਕੀਤਾ ਮਾਰ ਰਿਹਾ ਤੇ ਕਾਕੇ ਦੀ ਰੇਡ ਹੈ ਪੂਰੀ ਚਰਚਾ ਦੇ ਵਿੱਚ ਹੈ। ਕਾਕੇ ਦੀ ਰੇਡ ਦੇ ਚਾਰ ਜਾਫੀ ਤਿਆਰ ਹੈ। ਕੋਟ ਸੁਖੀਏ ਦੀ ਧਰਤੀ ਹੈ। ਚਾਰਾਂ ਭਰਾਵਾਂ ਵਿੱਚੋਂ ਕਿਹੜਾ ਗਬਰੂ ਲਾ ਜੱਫਾ ਪੁਆਇੰਟ ਜੋੜ ਕੇ ਬੱਲੇ ਬੱਲੇ ਕਰਾਉਂਦਾ। ਕੋਟ ਸੁਖੀਏ ਦੀ ਧਰਤੀ ਦਾ ਸਮੇਂ ਖੁੱਚ ਪੱਟੀ ਹੋਈ ਹੈ। ਇੱਕ ਬੁਲਟ ਸਨਮਾਨ ਵਿੱਚ ਮਿਲਿਆ ਇੱਕ ਨੀਲਾ ਫੋੜ ਜਿੱਤਿਆ ਸਾਹਨੇਵਾਲ ਦੇ ਵੱਡੇ ਖੇਡ ਮੇਲੇ ਤੇ। ਇਹ ਹੈ ਨਿੰਮਾ ਕੋਟ ਸੁਖੀ ਵਾਲਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ। ਪ੍ਰਾਣ ਆ ਗਿਆ ਬਾਬਾ ਮੋਹਨ ਦਾ ਦੀ ਸੀਜ਼ਨ ਦੇ ਵਿੱਚ ਕਹਿੰਦੇ ਇਹ ਆ ਨੌਜਵਾਨ ਪਾਲਾ। ਤਾਂ ਲੱਗਦਾ ਯੋਰ ਬੱਲੇ 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 ਕਿ ਮਾਈਆ ਆਪਣੀ ਮਾਂ ਸਮਝਾ ਲੈ ਬੋਲਣ ਦਾ ਉਹਨੂੰ ਢੰਗ ਸਿਖਾ ਲੈ। ਕੋਈ ਚਾਂਦੂ ਚੰਦ ਵੇ ਮੈਂ ਪੂਰੀ ਕਰੂੰਗੀ ਚੱਕ ਕਰ ਤੂੰ ਬੰਦ ਵੇ ਮੈਂ ਪੂਰੀ ਕਰੂੰਗੀ। ਲਓ ਸਾਹਮਣੇ ਗੋਰਾ ਭੈਣੀ ਮਾਈਏ ਵਾਲਾ ਇਸੇ ਨੇ ਵਧਾ ਹੋਇਆ ਸਮਾਧ ਵਾਲੇ ਪਾਲੇ ਦੇ ਲਈ ਪਾਲ ਮੈਡੀਕਲ ਸਟੋਰ 200 ਰੁਪਏ ਦੇ ਵੱਡੇ ਸਨਮਾਨ ਹੋਣਗੇ। ਲਓ ਪਾਈ ਹੋਈ ਰੇਡ ਇੱਕ ਪਾਸੇ ਨਿੰਮਾ ਭਲਵਾਨ ਖੜਾ ਲਓ ਸਾਹਮਣੇ ਇਹ ਆ ਕੋਟ ਸੁਖੀਏ ਵਾਲਾ ਭਲਵਾਨ ਗੋਰੇ ਭੈਣੀ ਬਾਹੀਏ ਵਾਲੇ ਦੀ ਰੇਡ ਲੱਗਦਾ ਹੋਇਆ ਜੱਫਾ ਅੰਕ ਨਿੰਮੇ ਭਲਵਾਨ ਨੇ ਜੋੜ ਦਿੱਤਾ ਹੈ। ਅਗਲੀ ਰੇਡ ਆ ਕੋਟ ਸੁਖੀਏ ਵਾਲੇ ਗਬਰੂ ਦੀ ਚਾਰ ਜਾਫੀ ਤਿਆਰ ਹੈ। ਅਗਲੇ ਮੈਚਾਂ ਦੀਆਂ ਦੋਨੋਂ ਟੀਮਾਂ ਮੌੜ ਨਾਤਾ ਤੇ ਜਰਗੜੀ ਇਹ ਟੀਮਾਂ ਜਲਦੀ ਆ ਜਾਣ ਮੇਰੀ ਬੇਨਤੀ ਹੈ। ਮੌੜ ਨਾਤਾ ਤੇ ਜਰਗੜੀ ਦੀਆਂ ਟੀਮਾਂ 4-5-6 ਅਪ੍ਰੈਲ ਮਾੜੀ ਦੇ ਮੇਲੇ ਦੀ ਹੈ। ਲਓ ਆਪ ਸਾਧਾਂ ਨੂੰ ਜਿਹੜੇ ਸੱਦੇ ਆ ਪਾਈ ਹੋਈ ਰੇਡ ਤੇ ਜਾਫੀ ਤਿਆਰ ਆ। ਲਓ ਸਮਾਧ ਵਾਲੇ ਨੇ ਕੋਸ਼ਿਸ਼ ਕੀਤੀ ਹੈ ਪਰ ਅੰਕ ਕੋਟ ਸੁਖੀਏ ਵਾਲੇ ਨੇ ਜੋੜ ਦਿੱਤਾ ਹੈ। ਅਗਲੀ ਰੇਡ ਕਹਿੰਦੇ ਕਾਕਾ ਸਮਾਧ ਭਾਈ ਵਾਲਾ ਪਾਉਣ ਲਈ ਵਾਧਾ ਹੋਇਆ ਹੈ। ਸੱਤ ਮਾਰਚ ਕਹਿੰਦੇ ਜਨੇਰ ਦੇ ਵੱਡੇ ਕਬੱਡੀ ਘਰ ਦੀਆਂ ਰੇਟਾਂ ਨੇ ਸਰਦਾਰ ਕ੍ਰਿਸ਼ਨ ਜੀ ਬਰਾੜ ਸਾਹਿਬ ਭਲੂਰ ਵਾਲੇ ਸੱਦੇ ਦੇ ਰਹੇ ਹੈ। 51-52 ਹਜ਼ਾਰ ਟੈਸਟਾਂ ਨੂੰ ਦਿੱਤੇ ਜਾਣੇ ਹੈ। ਲਓ ਵੇਖੋ ਪਾਈ ਹੋਈ ਕਬੱਡੀ ਉੱਧਰ 13-14 ਤੇ 15 ਫਰਵਰੀ ਮਨਸੂਰਵਾਲ ਦੇ ਖੇਡ ਕਬੱਡੀ ਕੱਪ ਦੀਆਂ ਡੇਟਾਂ ਨੇ ਇੱਧਰ।
ਪੁਆਇੰਟ ਸਮਾਧ ਭਾਈ ਦੀ ਟੀਮ ਦੇ ਹਿੱਸੇ ਵਿੱਚ ਜੁੜਦਾ ਹੋਇਆ ਹੈ। ਚੱਲ ਵੀ ਪੁਰਾਣਾ ਪਾ ਕਬੱਡੀ ਕੀ ਮੈਗੀਆਂ ਨਾਲ ਕਿੱਥੋਂ ਭਲਵਾਨ ਰੱਜਦੇ ਕਿ ਮਿੱਤਰੋ ਜਹਾਜ਼ਾਂ ਦੀ ਰੋੜੇ ਵੱਜਦੇ ਕਿ ਕਦੇ ਨਾ ਪੜਾਖੂ ਮੂਹਰੇ ਅੜੇ ਡਿਗਰੀ ਤੇ ਚੋਰਾਂ ਮੂਹਰੇ ਅੜਦੇ ਨੀ ਚਿੱਟੇ ਸੋਹਣਿਆ ਕਿ ਮਾਮਾ ਦੀ ਛਾਤੀ ਵਿੱਚੋਂ ਉਹ ਦਿਲ ਦੀ ਦਲੇਰੀ ਤੇ ਪੈਕਟਾਂ ਦੇ ਦੁੱਧ ਕਿੱਥੋਂ ਦਿੰਦੇ ਸੋਹਣਿਆ ਕਿ ਮਾਮਾ ਦੀ ਛਾਤੀ ਵਿੱਚੋਂ ਮਿਲਦੀ ਦਲੇਰੀ ਪੈਕਟਾਂ ਦੇ ਦੁੱਧ ਕਿੱਥੋਂ ਦਿੰਦੇ ਸੋਹਣਿਆ। ਇਹ ਆ ਜੱਗੀ ਸਿੰਘਾਂ ਵਾਲੀ ਆ, ਸਿੰਘਾਂ ਵਾਲਾ ਪਿੰਡ ਹੈ, ਕੋਟ ਸੁਖੀਆ ਦੇ ਬ੍ਰਾਂਡ ਨੂੰ ਨਾ ਜੱਫਾ ਪਿੰਡ ਜੋੜ ਦਿੰਦਾ ਆਪਣੀ ਟੀਮ ਦੇ ਲਈ। ਕਾਕੇ ਦੀ ਰੇਡ ਆ ਧੰਨਵਾਦ ਕਰਦੇ ਨਾ ਭਰਾਵਾਂ ਦਾ। ਕੋਟ ਸੁਖੀਆ ਦੇ ਹਰਮਨ ਘੋਲੀਆ ਪਿੰਡ ਹੈ ਕਿ ਅਮਰਜੀਤ ਕਿਉਂ ਘੋਲੀਆ ਰਹਿੰਦਾ ਪਰੇ ਪਰੇ ਕਿ ਤੇਰੇ ਬਾਝੋਂ ਸੱਜਣਾ ਸ਼ੀਸ਼ਾ ਜੁੜਦੇ ਦੂਜੀ ਵਾਰ ਨਹੀਂ। ਪੁਆਇੰਟ ਜਿਹੜਾ ਜਾਫੀ ਨੇ ਹਰਮਨ ਘੋਲੀਏ ਵਾਲੇ ਨੇ ਜੋੜਿਆ। ਬਾਦਲ ਵੱਲੋਂ ਵੱਡੇ ਸਨਮਾਨ ਹਰਮਨ ਘੋਲੀਏ ਵਾਲੇ ਦੇ ਲਈ ਹੈ। ਗੁਰਵਿੰਦਰ ਢਿੱਲੋਂ ਜੀ, ਜਿਸ ਕਾਰਨ ਆਸਟ੍ਰੇਲੀਆ ਜੀ ਇਹ ਹਰਮਨ ਘੋਲੀਏ ਦੇ ਲਈ ਵਾਡੇ ਪੈਰ ਪੌਜਦੇ ਕਰ ਗਏ ਹੈ। ਜਰਗੜੀ ਤੇ ਮਾੜ ਨਾਤਾ ਦੋਨੋਂ ਟੀਮਾਂ ਗਰੁੱਪ ਦੇ ਵਿੱਚ ਆ ਜਾਣ ਮੇਰੀ ਬੇਨਤੀ ਹੈ। ਜਰਗੜੀ ਤੇ ਮਾੜ ਨਾਤਾ ਮੇਰੇ ਵੀਰੋ ਕਾਕੇ ਦੀ ਰੇਡ ਤੇ ਬਾਪੂ ਸ਼ੇਰ ਬਣ ਕੇ ਖਾਦੇ ਹੁਣ ਚੋਟੀ ਦਾ ਪਲੇਅਰ ਬਣ ਕੇ ਰਿਸ਼ਤੇਦਾਰ ਯਾਰ ਵੇਲੇ ਮਾਨ ਕਰਦੇ ਹੁਣ ਪਿੰਡ ਕੋਈ ਨਾ ਕਿਸੇ ਨੂੰ ਜਾਣਦਾ ਤੇ ਛਿੰਨਾ ਮਾਮਾ ਦੇ ਕਬੱਡੀ ਖੇਡਦੇ ਇਹ ਨਾਮ ਉੱਚਾ ਹੋ ਜੇ ਪੂਰੇ ਖਾਨਦਾਨ ਦਾ ਲੱਭਣਾ ਮਾਮਾ ਦੇ ਕਬੱਡੀ ਖੇਡਦੇ ਸਿੰਘਾਂ ਵਾਲੀਆ ਜੱਗੀ ਆ ਕੌਣ ਕਿੱਦਾਂ ਫੜਦਾ ਲੋ ਪੱਲੇ ਨਾਲ ਮੁਕਾਬਲਾ ਇੱਕ ਜਲਾਲ ਪਰੀ ਹੈ ਪਰ ਸਮਾਧ ਵਾਲੇ ਨੇ ਕੋਸ਼ਿਸ਼ ਕੀਤੀ ਹੈ ਗੋਰਾ ਰੇਡ ਭੈਣੀ ਪਾਈਏ ਵਾਲਾ ਸੁਰਤਰਾ ਕਰੀ ਜਾ ਲਓ ਗੋਰਾ ਭੈਣੀ ਪਾਈਏ ਵਾਲਾ ਰੇਡ ਪਾ ਰਿਹਾ ਉਹ ਤਾਂ ਗੁਰਪ੍ਰੀਤ ਮਾਨਾ ਦਾ ਮੁੰਡਾ ਜੀ ਨੇ ਇਸ ਨਗਰ ਦਾ ਨਾਂ ਪੂਰੀ ਦੁਨੀਆ ਭਰ ਦੇ ਵਿੱਚ ਮਸ਼ਹੂਰ ਕਰ ਦਿੱਤਾ ਵੀ ਮਨੀਲਾ ਤੋਂ ਲਾਈਵ ਨਾਲ ਜੁੜਿਆ ਹੋਇਆ ਹੈ ਉਧਰ ਸੁਰਿੰਦਰ ਸਾਡੇ ਭਜਨ ਸਿੰਘ ਜੀ ਬਰਾੜ ਸਾਹਿਬ ਉਹ ਵੀ ਕੈਨੇਡਾ ਦੇ ਵਿੱਚ ਬੈਠੇ ਇਹਨਾਂ ਮੈਚਾਂ ਦਾ ਆਨੰਦ ਮਾਰ ਰਹੇ ਹੈ ਉਹਨਾਂ ਦਾ ਵੀ ਵੱਡਾ ਧੰਨਵਾਦ ਹੈ ਕਿਉਂਕਿ ਵੱਡੀ ਦੇਰ ਹੈ ਸਾਡੇ ਅਨਾਰੀ ਭਰਾਵਾਂ ਦੀ ਇਸ ਖੇਡ ਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿੰਨੀ ਵੀ ਸੰਗਤ ਜੁੜੀ ਹੈ ਕੋਈ ਕੈਨੇਡਾ ਦੇ ਵਿੱਚ ਬੈਠਾ ਕੋਈ US ਦੇ ਵਿੱਚ ਬੈਠਾ ਕੋਈ ਨਿਊਜ਼ੀਲੈਂਡ ਹੈ ਕੋਈ ਦੁਬਈ ਹੈ ਕੋਈ ਆਸਟ੍ਰੇਲੀਆ ਬੈਠਾ ਸਾਰੇ ਵੱਖੋ ਵੱਖੋ ਕੰਟਰੀਆਂ ਦੇ ਵਿੱਚ ਸਾਰੇ ਭਰਾ ਰਲ ਮਿਲ ਕੇ ਬੈਠੇ ਆ ਇਸ ਨਗਰ ਦੇ ਕਾਲੂ ਵਰਗੇ ਸਾਡੇ ਵਧੀਆ ਵਧੀਆ ਪਲੇਅਰ ਆ ਪਾਲੇ ਵਰਗੇ ਦੀ ਗੱਲਾਂ ਹੋਈ ਹੈ ਤਾਂ ਵੇਖੋ ਸਾਹਮਣੇ ਇਹ ਹਰਮਨ ਘੋਲੀਏ ਪਿੰਡ ਦਾ ਇਸ ਸਮੇਂ ਵੇਖੋ ਲੱਗਦਾ ਯੋਰ ਜਿੱਥੋਂ ਦੇ ਗੇਲੇ ਨੇ ਬੜੀ ਤਕੜੀ ਕਬੱਡੀ ਖੇਡੀ ਹੈ ਇਹ ਘੋਲੀਏ ਵਾਲਾ ਹਰਮਨ ਐਨ ਕਹਿੰਦੇ ਆ ਸੀਜ਼ਨ ਦੇ ਵਿੱਚ ਐਨ ਸਿਰੇ ਦੇ ਜੱਫੇ ਲਾਉਂਦਾ ਆ ਰਿਹਾ ਲੱਗਦਾ ਯੋਰ ਬੱਲੇ 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 ਤੇ ਪੁਆਇੰਟ ਦੇ ਸਮੇਂ ਰੇਡਰ ਦਾ ਉੱਧਰ ਸਾਡਾ ਵੀਰ ਹਰਦੀਪ ਸਿੰਘ ਜੀ ਬਰਾੜ ਸਾਹਿਬ ਜ਼ਿੰਦਗੀ ਦਾ ਬੜਾ ਸਤਿਕਾਰਯੋਗ ਵੀਰ ਹੈ ਹਰਦੀਪ ਬਰਾੜ ਵੱਡੀਆਂ ਜ਼ਿੰਮੇਵਾਰੀਆਂ ਅਗਲਾ ਮੈਚ ਜਰਗੜੀ ਤੇ ਮਾੜ ਨਾਤਾ ਪਹਿਲੇ ਆਪਣੇ ਹਰਮਨ ਘੋਲੀਆ ਆਪਣੇ ਪੈਸੇ ਲੈ ਜਾ ਵੀ ਉਹਨਾਂ ਚੱਲਦੇ ਮੈਚ ਦੇ ਵਿੱਚ ਸਾਡੇ 8 ਅੰਕ ਸਮਾਧ ਭਾਈ ਦੇ ਹੈ 11 ਅੰਕ ਕੋਟ ਸੁਖੀਆ ਜੇਤੂ ਹੈ